ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਇਸ ਮੌਕੇ ਗੱਲਬਾਤ ਕਰਦੇ ਹੋਏ ADCP ਮਹਿਤਾਬ ਸਿੰਘ ਨੇ ਦੱਸਿਆ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਰਾਮਨਗਰ ਕਲੋਨੀ ਵਿੱਚ ਸੌਰਵ ਸੋਢੀ ਦੇ ਕਤਲ ਕੇਸ ਦੀ ਗੁੱਥੀ ਨੂੰ 48 ਘੰਟੇ ਵਿੱਚ ਹੱਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਤਲ ਕੇਸ ਵਿੱਚ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੇ 3 ਹੋਰ ਸਾਥੀ ਹਨ ਜੋ ਇਸ ਕਤਲ ਕੇਸ ਵਿੱਚ ਸ਼ਾਮਲ ਹਨ। ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕਰੀਬ ਰਾਤ ਦੇ 10:15 ਉਹਨਾਂ ਦੀ ਬੇਕਰੀ ਦਾ ਠੇਕੇਦਾਰ ਵਿਕਾਸ, ਜੋ ਕਿ ਬੇਕਰੀ ਵਿੱਚ ਹੀ ਰਹਿੰਦਾ ਹੈ, ਉਹਨਾਂ ਦੇ ਘਰ ਰਾਮਨਗਰ ਕਲੋਨੀ ਵਿਖੇ ਉਸ ਦੇ ਲੜਕੇ ਸੌਰਵ ਸੋਢੀ ਨੂੰ ਮਿਲਣ ਲਈ ਆਇਆ ਸੀ। ਦੋਨੋਂ ਜਾਣੇ ਥੱਲੇ ਖਾਣਾ ਖਾ ਰਹੇ ਸੀ। ਲੜਕੇ ਸੌਰਵ ਨੇ ਉਸ ਨੂੰ ਕੁਝ ਸਮਾਨ ਮੰਗਵਾਉਣ ਲਈ ਆਵਾਜ਼ ਮਾਰੀ, ਜੋ ਆਵਾਜ਼ ਸੁਣ ਕੇ ਮੁਦਈਆ ਹੇਠਾਂ ਉਤਰੀ ਅਤੇ ਜਦੋਂ ਉਹ ਬੂਹੇ ਅੱਗੇ ਖਲੋਤੀ ਸੀ ਤਾਂ ਉਸ ਦੇ ਸਾਹਮਣੇ 4 ਨੌਜਵਾਨ ਉਹਨਾਂ ਦੇ ਘਰ 'ਚ ਦਾਖਲ ਹੋਏ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਦਾਤਰ, ਇੱਕ ਦੇ ਹੱਥ ਵਿੱਚ ਪਿਸਟਲ ਅਤੇ 2 ਖਾਲੀ ਹੱਥ ਸਨ। ਜਿਨ੍ਹਾਂ ਵਿੱਚੋਂ ਪਿਸਟਲ ਵਾਲੇ ਵਿਅਕਤੀ ਨੇ ਸੌਰਵ 'ਤੇ ਗੋਲੀ ਚਲਾ ਦਿੱਤੀ, ਜੋ ਕਿ ਉਸਦੀ ਛਾਤੀ ਵਿੱਚ ਲੱਗੀ। ਉਕਤ 4 ਵਿਅਕਤੀ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ। ਸੌਰਵ ਸੋਢੀ ਨੂੰ ਗੋਲੀ ਲੱਗਣ ਨਾਲ ਲਹੂ ਲੁਹਾਣ ਹੋਏ ਨੂੰ ਜ਼ਖਮੀ ਹਾਲਤ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਅਮਨਦੀਪ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਸਾਹਿਬ ਨੇ ਸੌਰਵ ਸੋਢੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਪਹਿਲੂ ਤੋਂ ਤਫਤੀਸ਼ ਕਰਦੇ ਹੋਏ ਮੁਕੱਦਮੇ ਵਿੱਚ ਲੋੜੀਂਦੇ 2 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 2 ਦੋਸ਼ੀਆਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਰੰਗ ਕਾਲਾ ਸਮੇਤ ਕਾਬੂ ਕੀਤੀ ਗਈ ਹੈ ਅਤੇ ਇਹਨਾਂ ਦੋਨਾਂ ਗ੍ਰਿਫਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮੇ ਵਿੱਚ ਨਾਮਜ਼ਦ ਇਹਨਾਂ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਬਾਈਟ ADCP ਮਹਿਤਾਬ ਸਿੰਘ, ਨਾਸਟਾਰ TV ਦੀ ਇਹ ਰਿਪੋਰਟ। ਸ਼ਾਮੀ 10:15 ਰਾਮਨਗਰ ਕਲੋਨੀ ਇਸਲਾਮਾਬਾਦ ਦੇ ਵਿੱਚ ਇੱਕ ਮਰਡਰ ਹੋਇਆ ਸੀ। ਸੌਰਵ ਸੋਢੀ ਨਾਂ ਦੇ ਇਹ CA ਦਾ ਵੀ ਨਾਲ ਕੰਮ ਕਰਦਾ ਸੀ ਅਤੇ ਇਹਨਾਂ ਦੀ ਬੇਕਰੀ ਵੀ ਸੀ। ਅਤੇ ਇਸ ਮਰਡਰ ਤੋਂ ਬਾਅਦ ਸਾਡੇ ਮਾਨਯੋਗ CP ਸਾਹਿਬ, ਉਹਨਾਂ ਨੇ ਇੱਕ ਸਾਡੇ ADCP CT2 ਦੇ ਅੰਡਰ ਸੁਪਰਵਿਜ਼ਨ ਦੇ ਵਿੱਚ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਜਿਸ ਸਾਡੇ DCP ਸੈਂਟਰਲ, ਸਾਡੇ CA ਇੰਚਾਰਜ, SHO ਛਿਆਟਾ ਅਤੇ SHO ਇਸਲਾਮਾਬਾਦ ਸੀਗੇ, ਨਾਲ ASI ਰਾਜਕੁਮਾਰ ਅਤੇ ਕੌਂਸਟੇਬਲ ਅੰਕੁਸ਼ ਵੀ ਉਹਨਾਂ ਨਾਲ ਕੰਮ ਕਰਦੇ ਸੀ। ਅਤੇ ਇਹਨਾਂ ਨੇ ਜਿਹੜਾ ਇਹ ਬਲਾਈਂਡ ਮਰਡਰ ਹੈਗਾ, ਇਹਨੂੰ 48 ਘੰਟਿਆਂ ਦੇ ਵਿੱਚ ਟਰੇਸ ਕੀਤਾ ਹੈਗਾ। ਇਹਦੇ ਵਿੱਚ ਜਿਹੜੇ ਟੋਟਲ ਸਾਡੇ 5 ਦੋਸ਼ੀ ਨਾਮਜ਼ਦ ਹੈਗੇ ਨੇ, ਇਹਨਾਂ ਦੇ ਨਾਮ ਹੈਗੇ ਨੇ ਸਾਗਰ ਉਰਫ ਟੌਲਾ, ਅਮਰਦੀਪ ਸਿੰਘ ਉਰਫ ਰੋਮੀ, ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ, ਰੋਹਿਤ ਉਰਫ ਬੱਬੋ, ਅਤੇ ਤੀਜਾ ਨਾਮ ਨੂੰ ਉਹਦਾ ਕੱਚਾ ਨਾਮ ਬਾਹਮਣ ਹੈਗਾ। ਅਤੇ ਇਹਨਾਂ ਦੇ ਵਿੱਚੋਂ ਜਿਹੜਾ 2 ਜਣਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ, ਵਿੱਚੋਂ ਸਾਗਰ ਜਿਹੜਾ ਉਰਫ ਟੌਲਾ ਇਹਨੂੰ ਅਰੈਸਟ ਕਰ ਲਿਆ ਅਤੇ ਦੂਸਰਾ ਅਮਰਦੀਪ ਸਿੰਘ ਨੂੰ ਅਰੈਸਟ ਕਰ ਲਿਆ। ਸਾਗਰ ਦੇ ਖਿਲਾਫ਼ ਪਹਿਲਾਂ 4 ਪਰਚੇ ਨੇ। ਇਹਦੀ ਜਿਹੜੀ ਮੇਨ ਮਰਡਰ ਦਾ ਮੋਟਿਵ ਹੈਗਾ, ਉਹਦਾ ਰੋਬਰੀ ਹੈਗਾ। ਇਹ 4 ਜਣੇ ਰੋਬਰੀ ਕਰਨ ਆਏ ਸੀਗੇ। ਸਾਰੀ ਕੌਂਸਪੀਰੇਸੀ ਜਿਹੜੀ ਘੜੀ ਹੈਗੀ ਹੈ ਉਹ ਅਮਰਦੀਪ ਨੇ ਘੜੀ ਹੈਗੀ ਹੈ। ਅਮਰਦੀਪ ਇਸ ਬੇਕਰੀ ਉੱਤੇ ਕੰਮ ਕਰਦਾ ਸੀ, ਉਹਨੂੰ ਪਤਾ ਸੀਗਾ ਕਿ ਇਹਦੇ ਕੋਲ ਪੈਸੇ ਹੈਗੇ ਨੇ, ਅਤੇ ਉਹਨੇ ਆਪਣੇ ਦੋਸਤ ਸਾਗਰ ਨਾਲ ਮਿਲ ਕੇ ਸਾਰੀ ਜਿਹੜੀ ਇਹ ਕਹਾਣੀ ਘੜੀ। ਉਹਨੇ ਨਾਲ 3 ਬੰਦੇ ਹੋਰ ਲਾਏ ਅਤੇ ਅਮਰਦੀਪ ਨਹੀਂ ਗਿਆ ਮੌਕੇ 'ਤੇ, ਜਿਹੜੇ ਬਾਕੀ 4 ਹੈਗੇ ਨੇ ਦੋਸ਼ੀ ਉਹ ਮੌਕੇ 'ਤੇ ਗਏ ਸੀਗੇ ਰੋਬਰੀ ਕਰਨ, ਬਟ ਉੱਥੇ ਉਹਨਾਂ ਨੇ ਫਾਇਰ ਕੀਤਾ ਅਤੇ ਜਿਹੜਾ ਇਹ ਵਿਕਟਿਮ ਹੈਗਾ ਇਹਦੀ ਡੈਥ। ਸਰ, ਜਿਹੜੇ ਇਹ 4 ਲੋਕ ਸੀ, ਇਹਨਾਂ ਨੇ ਜਿਹੜਾ ਕੀਤੀ ਪੱਟੀ ਮੇਰਾ ਵੀ ਹੁੰਦਾ ਯਾਰ, ਉਸ ਸਮੇਂ ਉਹਦੇ ਕੋਲ ਕਿੰਨੇ ਪੈਸੇ ਸੀ, ਕਿੰਨੀ ਰੋਬਰੀ ਹੋਈ ਔਰ ਕਿੰਨੇ ਉਹਦੇ ਵਿੱਚ ਇਹ ਉਹਦੇ ਘਰ ਗਏ ਆ, ਉਹਦੇ ਵਾਈਫ ਨਾਲ ਵੀ ਜਿਹੜਾ ਹੈਗਾ ਉੱਥੇ ਵੀ ਖੋਹ ਹੋਈ ਹੈ। ਉਹਦੀ ਵਾਈਫ ਦੀ ਚੇਨ ਲੈ ਗਏ ਅਤੇ ਉਹਦਾ ਪਰਸ ਲੈ ਗਏ ਨੇ, ਜਿਹੜਾ ਇੱਕੋ ਹੀ ਵੈਪਨ, ਜਿਹੜਾ ਇੱਕੋ ਹੀ ਗੋਲੀ ਉੱਥੇ ਫਾਇਰ ਹੋਈ ਹੈ ਉਹਦੇ। ਹਾਂਜੀ, ਉਹਦੇ ਵਿੱਚ ਇਹਨਾਂ ਨੇ ਇੱਕ ਬਲੈਕ ਐਕਟਿਵਾ ਯੂਜ਼ ਕੀਤੀ ਹੈ, ਇੱਕ ਜਿਹੜਾ ਮੋਟਰਸਾਈਕਲ ਸਪਲੈਂਡਰ ਉਹ ਯੂਜ਼ ਕੀਤਾ ਹੈਗਾ। ਬਲੈਕ ਐਕਟਿਵਾ ਅਸੀਂ ਰਿਕਵਰ ਕਰ ਲਈ। ਚਲੋ, ਕਰਦੇ ਕੀ ਹੈ, ਕਿੰਨੀ ਇਹਨਾਂ ਦੀ ਏਜ ਆ ਔਰ ਫੈਮਿਲੀ ਬੈਕਗ੍ਰਾਉਂਡ? ਜਿਹੜਾ ਸਾਗਰ ਹੈਗਾ ਇਹ ਤੇ ਪਹਿਲਾਂ ਵੀ ਪਰਚੇ ਨੇ, ਇਹ ਜਿਹੜਾ ਇਲੀਗਲ ਸ਼ਰਾਬ ਦਾ ਵੀ ਕੰਮ ਕਰਦਾ ਹੈਗਾ, ਪਹਿਲਾਂ 4 ਪਰਚੇ ਹੈਗੇ ਨੇ ਇਸਦੇ ਉੱਤੇ। ਜਿਹੜਾ ਬਾਕੀ ਅਮਰਦੀਪ ਸਿੰਘ ਹੈ ਇਹ ਬੇਕਰੀ ਦੇ ਉੱਤੇ ਕੰਮ ਕਰਦਾ ਸੀਗਾ, ਜਿਹੜਾ ਅਵਤਾਰ ਸਿੰਘ ਹੈ ਇਹ ਤਰਨ ਤਾਰਨ ਦਾ ਰਹਿਣ ਵਾਲਾ ਹੈਗਾ, ਇਹ ਉੱਥੇ ਜਿਹੜਾ ਲੋਕਲ ਕੋਈ ਲੇਬਰ ਵਗੈਰਾ ਦਾ ਕੰਮ ਕਰਦਾ। ਦੂਸਰੇ ਜਿਹੜੇ ਰੋਹਿਤ, ਇਹ ਵੀ ਤਰਨ ਤਾਰਨ ਦਾ ਰਹਿਣ ਵਾਲਾ, ਜਿਹੜਾ 5ਵਾਂ ਉਹ ਨਾਮ ਨੂੰ ਮੈਂ ਉਹਦਾ ਸਿਰਫ ਕੱਚਾ ਨਾਮ ਪਤਾ ਜੀ ਬਾਮਨ। ਇਹਦੇ ਵਿੱਚ ਦੇਖੋ ਜੀ, ਜਦੋਂ ਇਹ ਗਏ ਹੈਗੇ ਉੱਥੇ, ਇੱਕ ਵਾਰੀ ਜਾ ਕੇ ਵਾਪਿਸ ਆਏ ਹੈਗੇ, ਇਹਨਾਂ ਨੂੰ ਘਰ ਦਾ ਨੀ ਪਤਾ ਲੱਗਿਆ, ਬਟ ਜਿਹੜਾ ਦਰਵਾਜ਼ਾ ਸੀਗਾ ਉਹ ਪਹਿਲਾਂ ਹੀ ਆਲਰੇਡੀ ਖੁੱਲਾ ਸੀਗਾ। ਜਿਹੜਾ ਇਹ ਜਿਹਨੇ ਸਾਰੀ ਇਹ ਬਣਾਈ ਹੈਗੀ ਅਮਰਦੀਪ, ਉਹਨੇ ਦੱਸਿਆ ਹੋਏਗਾ ਕਿ ਜਿਹੜਾ ਦਰਵਾਜ਼ਾ ਇਹਨਾਂ ਦਾ ਇਸ ਟਾਈਮ ਖੁੱਲਾ ਰਹਿੰਦਾ ਹੈਗਾ, ਇਹ ਅਰਾਊਂਡ 7 ਦੇ ਅਰਾਊਂਡ ਬੇਕਰੀ ਬੰਦ ਕਰ ਦਿੰਦੇ ਆ, ਬਟ ਉਹ ਘਰ ਹੀ ਹੈਗਾ ਉੱਥੇ, ਘਰ ਵੀ ਨਾਲ ਹੀ ਬੇਕਰੀ ਦੇ, ਜੋ ਘਰ ਦਾ ਦਰਵਾਜ਼ਾ ਸਵਾਲ ਖੁੱਲਾ ਸੀਗਾ। ਇਹ ਪਹਿਲਾਂ ਗਏ ਆ, ਫਿਰ ਵਾਪਿਸ ਆਏ ਆ, ਇਹ ਪਹਿਲਾਂ ਗਏ ਆ, ਫਿਰ ਇਹ ਵਾਪਿਸ ਆਏ ਹੈਗੇ ਆ,
ਫਿਰ ਇਹਨਾਂ ਨੇ ਘਰ ਦਾ ਪਤਾ ਕੀਤਾ, ਫਿਰ ਇਹ ਘਰ ਦੇ ਅੰਦਰ ਵੜੇ। ਸਾਰੇ ਗ੍ਰਿਫਤਾਰ? ਇਹਦੇ ਵਿੱਚੋਂ ਪੰਜ ਦੋਸ਼ੀ ਹੈਗੇ ਜੀ, ਪੰਜ ਦੇ ਵਿੱਚੋਂ ਦੋ ਗ੍ਰਿਫਤਾਰ। ਕਿਹੜੇ ਕਿਹੜੇ ਗ੍ਰਿਫਤਾਰ ਹੋਏ ਨੇ ਜੀ ਉਹਨਾਂ ਦਾ? ਇਹ ਉਸ ਏਰੀਏ 'ਚ, ਕਿਉਂਕਿ ਬੜਾ ਜਿਹੜਾ ਥਿਕਲੀ ਪਾਪੂਲੇਟਡ ਏਰੀਆ ਹੈ ਜੀ, ਅਤੇ ਕਿਆ ਇਹਨਾਂ ਨੂੰ ਪੂਰਾ ਟੋਪੋਗ੍ਰਾਫੀ ਪਤਾ ਸੀ ਉੱਥੇ, ਜਾਂ ਇਹਨਾਂ ਨੇ ਪਹਿਲੇ ਕੋਈ ਰੇਕੀ ਕੀਤੀ ਉੱਥੇ ਜਾਣ ਤੋਂ ਪਹਿਲਾਂ? ਇਹ ਜਿਹੜਾ ਦੇਖੋ ਜੀ, ਇਹ 'ਚ ਜਿਹੜਾ ਮੇਨ ਜਿਹਨੇ ਸਾਰੀ ਇਹ ਕੋਂਸਪੀਰੇਸੀ ਬਣਾਈ ਹੈਗੀ ਉਹ ਅਮਰਦੀਪ ਹੈਗਾ। ਅਮਰਦੀਪ ਉਸੇ ਬੇਕਰੀ 'ਤੇ ਕੰਮ ਕਰਦਾ ਹੈਗਾ, ਉਹ ਜਿਹੜੀ ਬੇਕਰੀ ਹੈਗੀ ਉਹ ਘਰ ਦੇ ਕੋਲ ਹੀ ਹੈਗੀ ਹੈ, ਤਾਂ ਉਹ ਅਮਰਦੀਪ ਨੂੰ ਪਤਾ ਸੀਗਾ ਕਿ ਹਾਂ ਇਹ ਘਰ ਕਿੱਥੇ ਹੈਗਾ, ਆਸੇ ਪਾਸੇ ਕਿੰਨੇ ਕੁ ਲੋਕ ਹੋ ਸਕਦੇ ਨੇ, ਕਿਸ ਟਾਈਮ ਇਹ ਘਰ ਖੁੱਲ੍ਹਾ ਹੋਏਗਾ ਅਤੇ ਅੰਦਰ ਕੌਣ ਕੌਣ ਹੈਗਾ, ਤਾਂ ਇਸ ਕਰਕੇ ਉਹਨੂੰ ਪਹਿਲਾਂ ਹੀ ਸਾਰਾ ਪਤਾ ਸੀਗਾ। ਬੱਚਿਆਂ ਦੀ ਚੇਨ ਕਿਸ ਤਰ੍ਹਾਂ ਬਣੀ? ਪਰ ਜਿਹੜੇ ਇਹਨਾਂ ਦੇ ਪਰਚੇ ਆ, ਸਾਰਿਆਂ ਦੇ ਪਰਚੇ ਆ ਸਾਰੇ ਕ੍ਰਿਮੀਨਲਸ ਨੇ? ਮੈਂ ਦੱਸਦਾ, ਇਹ ਸਭ ਤੋਂ ਪਹਿਲਾਂ ਜਿਹੜੀ ਇਹ ਕਹਾਣੀ ਘੜਨੀ ਸ਼ੁਰੂ ਕੀਤੀ ਹੈ ਉਹ ਅਮਰਦੀਪ ਨੇ ਸ਼ੁਰੂ ਕੀਤੀ ਹੈ, ਕਿਉਂਕਿ ਅਮਰਦੀਪ ਜਿਹੜਾ ਉਸੇ ਬੇਕਰੀ 'ਤੇ ਕੰਮ ਕਰਦਾ ਸੀ। ਅਮਰਦੀਪ ਦਾ ਦੋਸਤ ਸੀਗਾ ਸਾਗਰ, ਉਹਨੇ ਆਪਣੇ ਦੋਸਤ ਸਾਗਰ ਨਾਲ ਗੱਲ ਕੀਤੀ ਕਿ ਇੱਦਾਂ ਇੱਦਾਂ ਇਹਨਾਂ ਕੋਲ ਪੈਸੇ ਹੁੰਦੇ ਆ ਅਤੇ ਆਪਾਂ ਇੱਥੋਂ ਜਿਹੜੇ ਪੈਸੇ ਕਮਾ ਸਕਦੇ। ਸਾਗਰ ਦੇ ਜਿਹੜੇ ਅੱਗੋਂ ਤਿੰਨ ਜਿਹੜੇ ਅੱਗੇ ਅਸੀਂ ਨਾਮਜ਼ਦ ਕੀਤੇ ਉਹ ਸਾਗਰ ਦੇ ਦੋਸਤ ਸੀ, ਤਾਂ ਅਮਰਦੀਪ ਨੇ ਚਾਰਾਂ ਨੂੰ ਜਿਹੜਾ ਹੈਗਾ ਕਿ ਇਹ ਕਰੋ ਤਾਂ ਕਿ ਆਪਾਂ ਉੱਥੇ ਰੌਬਰੀ ਕਰ ਸਕੀਏ। ਕਿੰਨਾ ਕੁ ਪੈਸਾ ਇਹਨਾਂ ਨੂੰ ਲੱਗਦਾ ਸੀਗਾ ਵੀ ਉੱਥੇ ਇਹਨਾਂ ਨੂੰ ਮਿਲ ਜਾਊਗਾ? ਇਹਨਾਂ ਨੂੰ ਲੱਗਦਾ ਸੀਗਾ ਕਿ ਉੱਥੇ 2-2.5 ਲੱਖ ਰੁਪਏ ਸਾਨੂੰ ਮਿਲ ਜਾਊਗਾ। ਸਰ ਵੈਪਨ ਜਿਹੜਾ ਯੂਜ਼ ਕੀਤਾ ਉਹ? ਵੈਪਨ ਜੀ ਅਜੇ ਤੱਕ ਰਿਕਵਰ ਨਹੀਂ ਹੋਇਆ, 32 ਬੋਰ ਦਾ ਵੈਪਨ ਤੁਹਾਨੂੰ ਲੱਗਦਾ ਹੈਗਾ ਜਿਹੜਾ ਯੂਜ਼ ਕੀਤਾ, ਅਤੇ ਇਹ ਕੰਟਰੀ ਮੇਡ ਹੀ ਲੱਗਦਾ ਹੈਗਾ, ਕੋਈ ਲਾਇਸੈਂਸ ਵੈਪਨ ਨਹੀਂ ਲੱਗਦਾ, ਅਤੇ ਅਸੀਂ ਜਲਦੀ ਤੋਂ ਜਲਦੀ ਉਹਨੂੰ ਰਿਕਵਰ। ਸਰ ਇਹ ਸਾਰੇ ਰਹਿਣ ਵਾਲੇ ਕਿੱਥੋਂ ਦੇ ਆ ਅਤੇ ਇਹਨਾਂ ਦਾ ਏਜ ਗਰੁੱਪ ਕੀ ਹੈ ਅਤੇ ਕਿਆ ਇਹ ਨਸ਼ੇ ਕਰਦੇ ਆ ਅਤੇ ਕਿੱਥੋਂ ਉਹਨਾਂ ਨੇ ਵੈਪਨ ਲਿਆ, ਇਹ ਸਾਰੀ ਅਜੇ ਇਨਵੈਸਟੀਗੇਸ਼ਨ 'ਚ ਕੀ ਸਾਹਮਣੇ ਆ? ਇਹ ਜਿਹੜਾ ਦੇਖੋ ਜੀ, ਜਿਹਦੇ ਕੋਲ ਵੈਪਨ ਸੀਗਾ ਉਹ ਅਜੇ ਫੜੇ ਨਹੀਂ ਗਏ, ਅਸੀਂ 2 ਬੰਦੇ ਸਾਗਰ ਅਤੇ ਅਮਰਦੀਪ ਫੜੇ ਹੈਗੇ ਆ। ਜਿਹੜਾ ਸਾਗਰ ਹੈਗਾ ਉਹ ਉੱਥੇ ਹੀ ਇਸਲਾਮਾਬਾਦ ਦੇ ਰਹਿਣ ਵਾਲਾ ਹੈਗਾ, ਜਿਹੜਾ ਅਮਰਦੀਪ ਹੈ ਉਹ ਵੀ ਉੱਥੇ ਇਸਲਾਮਾਬਾਦ ਦੇ ਉੱਥੇ ਕੰਮ ਕਰਦਾ, ਉੱਥੇ ਰਹਿਣ ਵਾਲਾ ਜੀ, ਬਾਕੀ 3 ਅਜੇ ਫੜੇ। ਸਰ ਸਾਹਮਣੇ ਦੇਖਣਾ ਜੀ, ਸਾਗਰ 2 ਜਣੇ ਫੜੇ। ਹਾਂਜੀ ਹਾਂ, ਬਾਕੀ ਜਿਹੜੀ ਸਾਡੀ ਅਜੇ ਇਨਵੈਸਟੀਗੇਸ਼ਨ ਫਰਦਰ ਜਾ ਰਹੀ ਹੈ ਜੀ। ਜਿਹੜਾ ਸਾਗਰ ਅਸੀਂ ਫੜਿਆ ਹੈਗਾ ਜੀ, ਉੱਥੇ ਪਹਿਲਾਂ 4 ਪਰਚੇ ਹੈਗੇ, ਸ਼ਰਾਬ ਦਾ ਕੰਮ ਕਰਦੇ ਜੀ, ਇਲੀਗਲ ਸ਼ਰਾਬ ਦੇ ਉੱਤੇ।